ਇੰਡੀਅਨ ਕ੍ਰਿਕਟ ਕੈਪਟਨ ਕੂਲ ਦਾ ਨਾਮ ਆਉਂਦਾ ਧੋਨੀ ਦਾ, ਤੁਹਾਡੀ ਜਿਨ੍ਹਾਂ ਨੇ ਕਪਤਾਨੀ ਦੇਖੋ ਕਹਿੰਦੇ ਝਲਕ ਹੈਗੀ ਹੈ ਸ਼ੁਭਮਨ 'ਚ, ਐਗਰੈਸ਼ਨ ਵੀ ਹੈਗਾ ਅਤੇ ਉਹ ਡਿਸੀਜਨ ਮੇਕਿੰਗ ਦੀ ਬੜੀ ਇੱਕ ਝਲਕ ਹੈ। ਹੁਣ ਜਦੋਂ ਧੋਨੀ ਦੇ ਅਗੇਂਸਟ ਖੇਲੋਗੇ ਅਗਰ ਮੈਂ ਟੌਸ 'ਤੇ ਸਭ ਕੁਛ ਸਭ ਸੋਚ ਰਿਹਾ ਹੋਊਂਗਾ ਤਾਂ ਔਖਾ ਹੋ ਜਾਊਗਾ ਮੇਰੇ ਲਈ ਸੰਭਾਲਣਾ। ਟੌਸ 'ਤੇ ਹੀ ਸੀਗਾ ਕਿ ਟੌਸ ਜਿੱਤ ਕੇ ਕੀ ਕਰਨਾ ਪਹਿਲਾਂ ਤਾਂ ਸੋਚਿਆ, ਉਸ ਤੋਂ ਬਾਅਦ ਜੋ ਮੇਰਾ ਰੋਲ ਹੈ ਟੀਮ 'ਚ, ਅਗਰ ਮੈਂ ਫਰੋਮ ਦਾ ਫਰੰਟ ਉਹਦੇ ਵਿੱਚ ਨਹੀਂ ਲੀਡ ਕਰੂੰਗਾ ਤਾਂ ਫਿਰ ਟੀਮ ਦਾ ਟਰੱਸਟ ਬਣਾਉਣਾ ਔਖਾ ਹੁੰਦਾ। ਤਾਂ ਪਹਿਲਾਂ ਮੇਰਾ ਇਹ ਸੀਗਾ ਕਿ ਕਪਤਾਨ ਤਾਂ ਮੈਂ ਬਣ ਗਿਆ, ਬਟ ਐਜ਼ ਅ ਬੈਟਸਮੈਨ ਵੀ ਮੈਨੂੰ ਆਪਣਾ ਜਿਵੇਂ ਪਿਛਲੇ ਸਾਲ ਲੱਗਿਆ ਉੱਦਾਂ ਦੀ ਪਰਫੋਰਮੈਂਸ ਦੇਣੀ। ਬਟ ਜਦੋਂ ਉਹਨਾਂ ਅਗੇਂਸਟ ਖੇਲਦੇ ਹਾਂ ਤਾਂ ਆਈ ਥਿੰਕ ਪੂਰੀ ਟੀਮ ਦੇਖਣੀ ਪੈਂਦੀ ਹੈ, ਅਤੇ ਇਕੱਲੇ ਅਗਰ ਮੈਂ ਉਹਨਾਂ ਉੱਪਰ ਫੋਕਸ ਕਰੂੰਗਾ ਫਿਰ ਤਾਂ ਬਾਕੀ ਟੀਮ ਸਾਡੇ ਤੋਂ ਮੈਚ ਖੋ ਕੇ ਲੈ ਜੂਗੀ। ਗੁਜਰਾਤ ਟਾਈਟਨਸ ਦੇ ਕਪਤਾਨ ਅਤੇ ਸਟਾਰ ਕ੍ਰਿਕਟਰ ਸ਼ੁਭਮਨ ਗਿੱਲ ਨਵੀਂ ਰਿਸਪੋਂਸੀਬਿਲਟੀ ਸਾਡੇ ਨਾਲ ਮੌਜੂਦ ਨੇ। ਸ਼ੁਭਮਨ ਬਹੁਤ ਬਹੁਤ ਸਵਾਗਤ ਨੇ। ਥੈਂਕ ਯੂ ਸੋ ਮਚ। ਜਦੋਂ ਤੁਸੀਂ ਟੌਸ ਕਰਨ ਉਤਰੇ ਪਹਿਲਾ ਮੈਚ ਅਗੇਂਸਟ ਬੰਬੇ ਐਜ਼ ਏ ਕੈਪਟਨ, ਕੀ ਚੱਲ ਰਿਹਾ ਸੀ ਦਿਮਾਗ 'ਚ? ਚੱਲ ਰਿਹਾ ਸੀਗਾ ਕਿ ਟੌਸ ਜਿੱਤ ਕੇ ਜੋ ਸੋਚਿਆ ਪਿਆ ਉਹੀ ਬੋਲਣਾ। ਬੜੀ ਰਿਸਪੋਂਸੀਬਿਲਟੀ ਡਬਲ। ਹਾਂਜੀ, ਰਿਸਪੋਂਸੀਬਿਲਟੀ ਤਾਂ ਰਹਿੰਦੀ ਹੈ, ਬਟ ਅਗਰ ਮੈਂ ਟੌਸ 'ਤੇ ਸਭ ਕੁਛ ਸਭ ਸੋਚ ਰਿਹਾ ਹੋਊਂਗਾ ਤਾਂ ਔਖਾ ਹੋ ਜਾਊਗਾ ਮੇਰੇ ਲਈ ਸੰਭਾਲਣਾ। ਟੌਸ 'ਤੇ ਹੀ ਸੀਗਾ ਕਿ ਟੌਸ ਜਿੱਤ ਕੇ ਕੀ ਕਰਨਾ ਪਹਿਲਾਂ ਤਾਂ ਸੋਚੋ, ਉਸ ਤੋਂ ਬਾਅਦ ਬਾਕੀ ਦੇਖਾਂ। ਤੁਸੀਂ ਅੰਡਰ 19 ਵਰਲਡ ਕੱਪ ਜੀ ਵਾਈਸ ਕੈਪਟਨ ਰਹੇ, ਉਸ ਤੋਂ ਬਾਅਦ ਇੱਕ ਜਿਹੜੀ ਟੀਮ ਨਵੀਂ ਸੀ ਉਹ ਟੀਮ ਜਿੱਤੀ ਵੀ, ਉਸ ਟੀਮ ਦਾ ਪਾਰਟ ਰਹੇ, ਹੁਣ ਇਸ ਟੀਮ ਨੂੰ ਲੀਡ ਕਰ ਰਹੇ ਹੋ। ਇੰਡੀਆ 'ਚ ਇੱਕ ਕਹਿੰਦੇ ਕਿ ਕ੍ਰਿਕਟਰ ਬਹੁਤ ਵੱਡਾ ਕ੍ਰਿਕਟਰ ਹੈ ਔਰ ਲੀਡਰਸ਼ਿਪ ਕੁਆਲਿਟੀ, ਅਤੇ ਨਾਲ ਇਹ ਰਿਸਪੋਂਸੀਬਿਲਟੀ ਨੂੰ ਹਾਲੇ ਜਿਹੜੇ ਮੈਚ ਹੋਏ ਨੇ, ਕਿਵੇਂ ਦਾ ਐਕਸਪੀਰੀਅੰਸ ਤੁਸੀਂ ਦੇਖਦੇ? ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੇਰਾ, ਜਿੰਨੇ ਵੀ ਮੈਚ ਹੁਣ ਤੱਕ ਮੈਂ ਕਪਤਾਨੀ ਕੀਤੀ ਹੈ। ਇੱਕ ਐਜ਼ ਅ ਪਰਸਨ ਬਹੁਤ ਸਾਰੀ ਚੀਜ਼ਾਂ ਵੀ ਤੁਹਾਨੂੰ ਸਿਖਾ ਕੇ ਜਾਂਦੀ ਹੈ ਕੈਪਟਨਸੀ, ਲੀਡਰਸ਼ਿਪ, ਅਤੇ ਮੈਨੂੰ ਸਿੱਖਣ ਨੂੰ ਮਿਲ ਰਿਹਾ ਬਹੁਤ ਕੁਛ ਇਹਦੇ ਵਿੱਚ ਵੀ, ਆਪਦੇ ਆਪ ਬਾਰੇ ਵੀ ਬਹੁਤ ਕੁਛ ਸਿੱਖਣ ਨੂੰ ਮਿਲ ਰਿਹਾ, ਗੇਮ ਬਾਰੇ ਬਹੁਤ ਕੁਛ ਸਿੱਖਣ ਨੂੰ ਮਿਲ ਰਿਹਾ, ਅਤੇ ਕਾਫੀ ਅਲੱਗ ਐਕਸਪੀਰੀਅੰਸ ਹੈ ਬਟ ਬਹੁਤ ਮਜ਼ਾ ਆ ਰਿਹਾ। ਮੈਂ ਕਰਨਲ ਅਰਵਿੰਦਰ ਨਾਲ ਗੱਲ ਕਰ ਰਿਹਾ ਸੀ, ਉਹਨੇ ਕਿਹਾ ਸ਼ੁਭਮਨ ਨੂੰ ਅਸੀਂ ਆਲਰੇਡੀ ਇੱਕ ਕੋਰ ਗਰੁੱਪ ਦਾ ਪਾਰਟ ਪਹਿਲਾਂ ਵੀ ਸੀ ਅਤੇ ਸਾਡੀ ਲੰਬੀ ਰੇਸ ਦਾ ਘੋੜਾ ਹੈ, ਔਰ ਜਦੋਂ ਫਰੈਂਚਾਈਜ਼ੀ ਅੱਧੀ ਸੋਚ ਹੋਈ ਤਾਂ ਪਲੇਅਰ ਦਾ ਕੌਨਫੀਡੈਂਸ ਵੱਧਦਾ ਹੈ, ਕਿਵੇਂ ਇਸ ਚੀਜ਼ ਨੂੰ ਦੇਖਦੇ? ਬਿਲਕੁਲ ਵੱਧਦਾ ਜੀ, ਉਹਨਾਂ ਨੇ ਮੇਰੇ ਉੱਪਰ ਵਿਸ਼ਵਾਸ ਦਿਖਾਇਆ, ਅਤੇ ਆਈ ਥਿੰਕ ਉਹਨਾਂ ਦੇ ਵਿਸ਼ਵਾਸ ਦਿਖਾਉਣ ਤੋਂ ਬਾਅਦ ਹੁਣ ਮੈਨੂੰ ਸੀਗਾ ਕਿ ਮੈਂ ਆਪਣਾ ਬੈਸਟ ਦੇਣਾ। ਜਦੋਂ ਤੁਸੀਂ ਕਪਤਾਨ ਹੁੰਦੇ ਹੋ ਬਹੁਤ ਜ਼ਰੂਰੀ ਹੁੰਦਾ ਕਿ ਜੋ ਮੇਰਾ ਰੋਲ ਹੈ ਟੀਮ ਵਿੱਚ, ਅਗਰ ਮੈਂ ਫਰੋਮ ਦਾ ਫਰੰਟ ਉਹਦੇ ਵਿੱਚੋਂ ਨਹੀਂ ਲੀਡ ਕਰੂੰਗਾ ਤਾਂ ਫਿਰ ਟੀਮ ਦਾ ਟਰੱਸਟ ਬਣਾਉਣਾ ਔਖਾ ਹੁੰਦਾ। ਤਾਂ ਪਹਿਲਾਂ ਮੇਰਾ ਇਹ ਸੀਗਾ ਕਿ ਕਪਤਾਨ ਤਾਂ ਮੈਂ ਬਣ ਗਿਆ, ਬਟ ਐਜ਼ ਅ ਬੈਟਸਮੈਨ ਵੀ ਮੈਨੂੰ ਆਪਣਾ ਜਿਵੇਂ ਪਿਛਲੇ ਸਾਲ ਲੱਗਿਆ ਉੱਦਾਂ ਦੀ ਪਰਫੋਰਮੈਂਸ ਦੇਣੀ ਹੈ। ਇੰਡੀਅਨ ਕ੍ਰਿਕਟ ਕੈਪਟਨ ਕੂਲ ਦਾ ਨਾਮ ਆਉਂਦਾ ਧੋਨੀ ਦਾ, ਤੁਹਾਡੀ ਜਿਨ੍ਹਾਂ ਨੇ ਕਪਤਾਨੀ ਦੇਖੋ ਕਹਿੰਦੇ ਝਲਕ ਹੈਗੀ ਹੈ ਸ਼ੁਭਮਨ 'ਚ, ਐਗਰੈਸ਼ਨ ਵੀ ਹੈਗਾ ਅਤੇ ਉਹ ਡਿਸੀਜਨ ਮੇਕਿੰਗ ਦੀ ਬੜੀ ਇੱਕ ਝਲਕ ਹੈ। ਹੁਣ ਜਦੋਂ ਧੋਨੀ ਦੇ ਅਗੇਂਸਟ ਖੇਲੋਗੇ ਤਾਂ ਉਹ ਬੜਾ ਲੱਗੇਗਾ ਕਿ ਇੱਕ ਆਪਣੇ ਆਪ ਨੂੰ ਵੀ ਸਿੱਖਣ ਨੂੰ, ਨਾਲੇ ਐਡੇ ਵੱਡੇ ਕੈਪਟਨ ਦੇ ਅਗੇਂਸਟ ਸਟ੍ਰੈਟੇਜੀ ਵੀ ਬਣਾਉਣੀ ਹੈ। ਬਿਲਕੁਲ, ਸਿੱਖਣ ਨੂੰ ਉਹਨਾਂ ਤੋਂ ਤਾਂ ਬਹੁਤ ਕੁਛ ਸਿੱਖਣ ਨੂੰ ਮਿਲਦਾ, ਬਟ ਜਦੋਂ ਉਹਨਾਂ ਅਗੇਂਸਟ ਖੇਲਦੇ ਹਾਂ ਤਾਂ ਆਈ ਥਿੰਕ ਪੂਰੀ ਟੀਮ ਦੇਖਣੀ ਪੈਂਦੀ ਹੈ, ਅਤੇ ਇਕੱਲੇ ਅਗਰ ਮੈਂ ਉਹਨਾਂ ਉੱਪਰ ਫੋਕਸ ਕਰੂੰਗਾ ਫਿਰ ਤਾਂ ਬਾਕੀ ਟੀਮ ਸਾਡੇ ਤੋਂ ਮੈਚ ਖੋ ਕੇ ਲੈ ਜੂਗੀ। ਪਰ ਇਹੀ ਜ਼ਰੂਰੀ ਹੁੰਦਾ ਐਜ਼ ਅ ਕੈਪਟਨ ਕਿ ਜੋ ਵੱਡੀ ਪਿਕਚਰ ਆ ਪੂਰੀ ਉਹਨਾਂ ਦੀ ਟੀਮ ਦੇ ਅਗੇਂਸਟ, ਆਪਾਂ ਕਿਤੇ ਖੇਡਣਾ ਕਿਵੇਂ, ਆਪਾਂ ਪਲੈਨਿੰਗ ਕਰ ਰਹੇ ਹਾਂ ਉਹਨਾਂ ਨਾਲ, ਅਤੇ ਉਹ ਸਭ ਚੀਜ਼ਾਂ ਉੱਤੇ ਜ਼ਿਆਦਾ ਫੋਕਸ ਕਰਨਾ। ਦੋ ਸਵਾਲ ਜਲਦੀ ਸੇ, ਮੁੱਲਾਂਪੁਰ ਸਟੇਡੀਅਮ ਨਵਾਂ ਕਿਵੇਂ ਦੇਖਦੇ ਹੋ ਤੁਸੀਂ? ਇੱਥੇ ਖੇਡੇ ਹੋ ਹੁਣ ਇੱਥੇ, ਕਿਉਂਕਿ ਨਵਾਂ ਸਟੇਡੀਅਮ ਹੈ ਔਰ ਫਸਟ ਟਾਈਮ IPL ਇੱਥੇ। ਇੱਥੇ ਮੈਂ ਵੀ ਕਾਫੀ ਟਾਈਮ ਬਾਅਦ ਵਾਪਿਸ ਆਇਆ ਇੱਥੇ, ਜਦੋਂ ਮੈਂ ਪਿਛਲੀ ਵਾਰੀ ਆਇਆ ਸੀ ਉਦੋਂ ਸਟੈਂਡ ਤੇ ਕੁਰਸੀਆਂ ਨਹੀਂ ਲੱਗੀਆਂ ਸੀਗੀਆਂ, ਤੇ ਬਹੁਤ ਵਧੀਆ ਲੱਗ ਰਿਹਾ, ਬਹੁਤ ਵਧੀਆ ਸਟੇਡੀਅਮ ਲੱਗ ਰਿਹਾ ਦੇਖਣ ਨੂੰ, ਵਾਈ ਬਹੁਤ ਵਧੀਆ ਲੱਗ ਰਹੀ ਹੈ ਸਟੇਡੀਅਮ। ਲਾਸਟ ਸਵਾਲ, ਆਪਣੇ ਆਪ 'ਚ ਕੀ ਚੇਂਜ ਦੇਖਿਆ ਪਿਛਲੇ 6-7 ਸਾਲਾਂ, ਜਿੰਨੀ ਵੀ ਕ੍ਰਿਕਟ ਖੇਲੀ ਐਜ਼ ਅ ਸ਼ੁਭਮਨ ਗਿੱਲ, ਹੁਣ ਆਪਣੇ ਆਪ ਨੂੰ ਕੀ ਐਨਾਲਿਸਿਸ ਕਰਦੇ? 6-7 ਸਾਲਾਂ 'ਚ ਤਾਂ ਬਹੁਤ ਫਰਕ ਆਇਆ। ਆਈ ਥਿੰਕ ਬੰਦੇ ਦੇ ਜਦੋਂ
ਇੰਟਰਨੈਸ਼ਨਲ ਲੈਵਲ ਤੇ ਖੇਲ ਰਿਹਾ ਹੁੰਦਾ, ਹਰ 3-4 ਮਹੀਨਿਆਂ ਬਾਅਦ ਇੱਕ ਨਵੀਂ ਚੀਜ਼ ਆਉਂਦੀ ਹੈ, ਇੱਕ ਤੁਹਾਨੂੰ ਐਡ ਕਰਨੀ ਪੈਂਦੀ ਹੈ, ਨਹੀਂ ਤਾਂ ਅਗਰ ਤੁਸੀਂ ਉੱਥੇ ਹੀ ਰਹਿ ਜਾਂਦੇ ਹੋ ਤਾਂ ਫਿਰ ਬਹੁਤ ਔਖਾ ਹੋ ਜਾਂਦਾ ਤੁਹਾਡਾ ਸਰਵਾਈਵ ਕਰਨਾ ਸਭ ਤੋਂ ਟੌਪ ਲੈਵਲ ਤੇ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਤਾਂ ਇਹ ਸੀਗੇ ਸ਼ੁਭਮਨ ਗਿੱਲ, ਗੁਜਰਾਤ ਟਾਈਟਨਸ ਦੇ ਕਪਤਾਨ, ਤੇ ਤਿਆਰ ਹੈ ਪੂਰੇ ਇਸ ਟੂਰਨਾਮੈਂਟ ਦੇ ਲਈ ਅੱਗੇ, ਕਿਉਂਕਿ T20 ਵਰਲਡ ਕੱਪ ਵੀ ਹੈਗਾ, ਔਰ ਜਿਸ ਹਿਸਾਬ ਨਾਲ ਉਹਨੇ ਦੱਸਿਆ ਕਿ ਉਹਨਾਂ ਦੀ ਪੂਰੀ ਤਿਆਰੀ ਹੈ, ਕਿਉਂਕਿ ਹੁਣ ਵੱਡੇ ਮੈਚਿਸ ਨੇ ਲਾਈਕ ਧੋਨੀ ਦੇ ਖਿਲਾਫ ਹੈ, ਸਟ੍ਰੈਟੇਜੀ ਦੀ ਗੱਲ ਹੈ, ਕਾਫੀ ਕੁਝ ਸਿੱਖਣ ਨੂੰ ਮਿਲ ਰਿਹਾ ਐਜ਼ ਏ ਕਪਤਾਨ। ਵੀਡੀਓ ਜਰਨਲਿਸਟ ਸਨੀ ਸਿੱਧੂ ਦੇ ਨਾਲ ਉਮੇਸ਼ ਸ਼ਰਮਾ, ਨਿਊਜ਼ 18 ਮੁੱਲਾਂਪੁਰ।